आकाशवाणी जमूए सन्या खबरें चूं दा स्वागत पले खास खास खबरें कने में श्रुति खजूरिया प्रधानमंत्री नरेंद्र मोदी और कल अयोध्या च 15000 करोड़ रुपए थमे बद्ध दी कई सारी विकास परियोजना दा उद्घाटन करगन ते कईया दा नी पत्थर रखगन प्रधानमंत्री नरेंद्र मोदी ने नई दिल्ली च मुख्य सचिवे दे राष्ट्र सम्मेलन दे अध्यक्षता कीती आज इस सम्मेलन दा तिया ते दे हीरी दिन है केंद्रीय राज्य मंत्री डॉ जितेंद्र सिंह हो ने आख्या जाल दे समक्ष चंद्रयान ते साइंस मतलब कामयाबी अली कहानियां करने ਬੱਚੇ ਦੀ ਕਲਪਨਾ ਤੇ ਸੋਚਣੇ ਸਮਝਣੇ ਤੇ ਨਜ਼ਰੀਏ ਕੀ ਬੜਾ ਵਤ ਹੋਇਆ ਤੇ ਲੋਕਿੰਦ ਅਗਰ ਪੁਜ ਬਣਾਉਣ ਵਾਲੀ ਵਿਕਸਿਤ ਪਾਰਾ ਸੰਕਲਪ ਯਾਤਰਾ ਕੀ ਜੰਮੂ ਖੇਤ ਚ ਲਗਾਤਾਰ ਹਰੀ ਮਤੀ ਪ੍ਰਤੀਕ੍ਰਿਆ ਸਿਲਵਾ ਕਰਦੀ ਹੈ ਖੇਤੇ ਦੇ ਸਾਰੇ ਜ਼ਿਲਹਾਂ ਚ ਆਰੇ ਇਕ ਥਾਰ ਇਹਦੇ ਚ ਲੋਕਿੰਦੀ ਹਰੀ ਮਤੀ ਸ਼ਮੂਲਿਤ ਦਿਖਣੇ ਕੀ ਲੱਭੀ ਖਬਰਾਂ ਦੀ ਤਫਸੀਲ ਕਰਨੇ ਨਰੀਸ਼ ਸ਼ਰਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਕੱਲ ਉੱਤਰ ਪ੍ਰਦੇਸ਼ ਚ ਅਯੁੱਧਿਆ ਦੇ ਦੌਰੇ ਪਰ ਜਾੰਗਨ ਇਸ ਦੌਰਾਨ ਉਹ ਬਖ ਬਖ ਵਿਕਾਸ ਪ੍ਰੋਜੈਕਟ ਦੀ ਸ਼ੁਰੂਆਤ ਕਰਾਂਗਣ ਪ੍ਰਧਾਨ ਮੰਤਰੀ ਉਹ ਅਯੁੱਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਾਂਗਣ ਤੇ ਨਵੀਂ ਅੰਮ੍ਰਿਤ ਭਾਰਤ ਰੇਲ ਗੱਡੀਆਂ ਤੇ ਵੰਦੇ ਭਾਰਤ ਰੇਲ ਗੱਡੀਆਂ ਦੀ ਛੰਡੀ ਦੱਸੀ ਹੈ ਸ਼ੁਰੂ ਕਰਾਂਗਣ ਉਹ ਰੇਲਵੇ ਦੀ ਔਰ ਕਈ ਸਾਰੀਆਂ ਪ੍ਰੋਜੈਕਟਾਂ ਵੀ ਰਾਸ਼ਟ੍ਰ ਗਿ ਸਮਰਪਿਤ ਕਰਨਗਣ रेल मंत्री अश्विनी वैष्णव और भी अयोध्या धाम रेलवे स्टेशन पर होने वाले प्रोग्राम च हिस्सा लेंगन प्रधानमंत्री और अयोध्या शहर च एक किठियाग भाषण भी देंगे जिथियां राज्य च 15700 करोड़ कोला मतेर पे दी बक बक विकास परियोजनाएं दा नी पत्थर रहगन मुख्य सचिव दी 33 रोजा राष्ट्रीय कॉन्फ्रेंस नई दिल्ली च लगी कॉन्फ्रेंस दे आखिरी दिन प्रधानमंत्री नरेंद्र मोदी और मीटिंग दी अध्यक्षता करा कर देना ਇਸ ਚਾਲੀ ਦਾ ਇਹ ਤ੍ਰਿਆ ਸੰਮੇਲਨ ਹੈ ਪਹਿਲਾ ਸੰਮੇਲਨ ਜੂਨ 2022 ਦੀ ਧਰਮਸ਼ਾਲਾ ਚ ਲੱਗਾ ਹ ਤੇ ਦੂਆ ਇਸ ਬਰ ਜਨਵਰੀ ਮਹੀਨੇ ਦਿੱਲੀ ਚ ਲੱਗਾ ਹ ਸਹਿਕਾਰੀ ਸੰਗਵਾਦ ਦੇ ਸਿਧਾਂਤਾਂ ਕੀ ਸਰਗਰਮ ਕਰਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੰਦੇ ਨਜ਼ਰੀਏ ਦੇ ਮੁਤਾਬਕ ਮੁੱਖ ਸਚਵੇਂ ਦੇ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ ਗਿਆ ਹੈ ਇਹਦਾ ਮਕਸਦ ਸਹਿਭਾਗੀਤਾ ਵਾਲੇ ਪ੍ਰਸ਼ਾਸਨ ਤੇ ਕੇਂਦਰੀ ਤੇ ਰਾਜ ਸਰਕਾਰਾਂ ਵਿਚਕਾਰ ਸਾਂਝ ਪਿਆ ਲਈ ਬੜਾ ਵਾਅਦਾ ਨਾ ਹੈ ਕੇਂਦਰ ਸਰਕਾਰ ਦੇ ਨੁਮਾਇੰਦੇ ਮੁੱਖ ਸਚਿਵ ਤੇ ਬਕਬਕ ਰਾਜ ਦੇ ਕੇਂਦਰ ਸ਼ਾਸਿਤ ਰਾਜੇ ਦੇ ਹੋਰ ਸੀਨੀਅਰ ਅਧਿਕਾਰੀ ਇਸ ਸੰਮੇਲਨ ਚ ਸ਼ਾਮਲ ਹੋਏ ਨੇ ਸੰਮੇਲਨ ਦਾ ਮਕਸਦ ਸਰਕਾਰੀ ਸਹਸਤੇਗੀ ਹੋਰ ਸਮਰਥ ਤੇ ਨਿਗਰ ਬਣਾਈ ਹੈ ਗ੍ਰਾਂ ਪਿੰਡੇ ਤੇ ਸ਼ਹਿਰੀ ਆਬਾਦੀ ਦੇ ਜੀਵਨ ਦੀ ਬਿਹਤਰ ਗੁਣਵੱਤਾ ਲਾ ਬਣਾਣਾ ਹੈ ਸੰਮੇਲਨ ਚ ਰਾਜੇ ਦੀ ਪਿਆਲੀ ਕਰਨੇ ਸਾਂਝਾ ਵਿਕਾਸ ਦੇ ਅਜੰਡੇ ਕੀ ਲਾਗੂ ਕਰਨੇ ਤੇ ਜੀਵਨ ਦੀ ਸਖੱਲਾ ਬਣਾਉਣੇ ਪਰ ਮੁੱਖ ਧਿਆਨ ਦਿੱਤਾ ਗਿਆ ਇਦੇ ਇਲਾਵਾ ਸਾਈਬਰ ਸੁਰੱਖਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਚੁਣੌਤੀਆਂ ਨਸ਼ਾ ਮੁਕਤੀ ਤੇ ਪੁਨਰਵਾਸ ਅੰਮ੍ਰਿਤ ਸਰੋਵਰ ਪ੍ਰੇਟਨ ਕੀ ਬੜਾਵਾ ਦੇਨੇ ਪੀਐਮ ਵਿਸ਼ਵਕਰਮਾ ਪੀਐਮ ਸਵਨidhi ਯੋਜਨਾ ਬਾਰੇ ਸੋਚ ਵਿਚਾਰ ਕੀਤਾ ਜਾ ਕਰਦਾ ਹੈ ਕਤਰਦੀ ਅਦਾਲਤ ਨੇ ਭਾਰਤੀ ਨੌਜਵਾਨੀ ਦੇ 88 ਸਾਬਕਾ ਕਰਮੀਏ ਦੀ ਮੌਤ ਦੀ ਸਜ਼ਾ ਗੀ ਘਟ ਕਰੀ ਦਿੱਤਾ ਹੈ ਵਿਦੇਸ਼ ਮੰਤਰਾਲੇ ਨੇ ਆਖਿਆ ਜੇ ਸਜ਼ਾ ਗੀ ਘਟ ਕਰੀ ਦਿੱਤਾ ਗਿਆ ਹੈ ਉਹ ਜਿਲ੍ਹਾ ਧੋੜੀ ਫੈਸਲੇ ਦੇ ਬਿਓਰੇ ਕੀ ਨਹੀਂ ਦਿਖਿ ਲੱਤਾ ਜਾਂਦਾ ਉਹ ਲਾ ਧੋੜੀ ਉੰਦੇ ਕੋਲ ਸਾਂਝਾ ਕਰਨ ਲਈ ਕੋਈ ਬਾਦੂ ਜਾਣਕਾਰੀ ਨਹੀਂ ਹੈ ਵਿਦੇਸ਼ ਮੰਤਰਾਲੇ ਦੇ ਪਰਵਕਤਾ ਅਰਿੰਦਮ ਬਾਗਚੀ ਹੋ ਰਹੇ ਅੱਜ ਸੰਯੰਗ ਨਵੀਂ ਦਿੱਲੀ ਚ ਸਮਾਚਾਰ ਮਾਧਿਅਮੇ ਕੀ ਜਾਣਕਾਰੀ ਦਿਨਦਿਓ ਆਖਿਆ ਜੇ ਸਰਕਾਰ ਲਈ ਭਾਰਤੀਆਂ ਤੇ ਉਹਦੇ ਪਰਿਵਾਰ ਦੇ ਮੈਂਬਰਾਂ ਦੇ ਇਤ ਸਭਨੇ ਕੋਲਾ ਉੱਪਰ ਨਾ ਹੁਣ ਆਖਿਆ ਜੇ ਮੰਤਰਾਲੇ ਕਾਨੂੰਨੀ ਟੀਮ ਤੇ ਸਾਬਕਾ ਨੌਸੈਨਾ ਕਰਮੀਆਂ ਦੇ ਪਰਿਵਾਰ ਦੇ ਮੈਂਬਰੇ ਕੰਨੈ ਅਗਲੀ ਮਮਕਨ ਗਈਏ ਵਾਰ ਸੋਚ ਵਿਚਾਰ ਕਰਗ ਪ੍ਰਵਕਤਾ ਨੇ ਆਖਿਆ ਜੇ ਮੀਡੀਆ ਦੀ ਆਵਾਆਂ ਪਰ ਧਿਆਨ ਨਹੀਂ ਦੇਣਾ ਲੋੜ ਚਦਾ ਹਰਜੋਰੀ ਜ਼ਿਲ੍ਹੇ ਦੇ ਕਾਲਾਕੋਟ ਇਲਾਕੇ 'ਚ ਅੱਜ ਸੁਰੱਖਿਆ ਬਲਿਆਂ ਇੱਕ ਤਪਾਸ਼ਾਲੀ ਕਾਰਵਾਈ ਕੀਤੀ अधिकारीयां ख्याजे मुरादपुर ਦੇ ਜੰਗਲਾਂ ਚ ਕਿਸ ਸੰਦੇਕ ਦੇ ਉਹਨੇ ਬਾਰੇ ਜਾਣਕਾਰੀ ਥੋਨੇ ਮਗਰਾ ਇੱਕ ਕਾਰਵਾਈ ਕੀਤੀ ਗਈ ਉਹਨੇ ਆਖਿਆ ਜੇ ਸੂਥੋਨੇ ਮਗਰਾ ਅਫਲਾ ਬੋਤਨੀ ਤੇ ਸਾਬਨੀ ਲਾਕੈਂਚੇ ਸੁਰੱਖਿਆ ਬਲ ਐ ਤਪਾਸ਼ਾਲੀ ਕਾਰਵਾਈ ਕੀਤੀ ਇਹ ਲੈਟੋੜੀ ਕਾਰਵਾਈ ਚਲਾ ਕਰਦੀ ਹੈ ਔਰ ਬਿਓਰੇਗੀ ਬਲ ਗਿਆ ਜਾ ਕਰਦਾ ਹੈ ਉਧमपुर ਜ਼ਿਲ੍ਹੇ ਚ ਕਰਸਾਨ ਨੇ ਕੀ ਜਾਗਰੂਕ ਕਰਨ ਲਈ ਇੱਕ ਸ਼ਿਵਰ ਦਾ ਆਯੋਜਨ ਕੀਤਾ ਗਿਆ ਇਹ ਦਸਤਾਰਸਤਾ ਫੁੱਲੇਂ ਦੀ ਕਾਸ਼ਤ ਸਰਬੰਦੀ ਮਹਿਕਮੇ ਆਸਿਆ ਕੇਂਦਰ ਪ੍ਰਯੋਜਿਤ ਸਕੀਮ ਐਮ ਆਈ ਡੀ ਐਚ ਤਹਿਤ ਕੀਤਾ ਗਿਆ ਇਸ ਕਾਰਜਕ੍ਰਮ ਚ ਜ਼ਿਲ੍ਹੇ ਦੇ ਬਖਬਖ ਇਲਾਕੇ ਸਵਾਂ ਆਏ ਦੇ ਕਰਸਾਨੇ ਇਸਾ ਲੈਤਾ ਕਰਸਾਨੇ ਦੀ ਉੰਦੀ ਪਲਾਈ ਬਿਹਤਰੀ ਲਈ ਚਲਾਈ ਜਾ ਕਰਦੀ ਬਖਬਖ ਸਕੀਮ ਮੇ ਬਾਰੇ ਤਰੀਕੇ ਪੈਦਾਵਾਰ ਕੀ ਵਧਾਣੇ ਮਤਾ ਫਾਇਦਾ ਦੇ ਨੇ ਆਲੇ ਫਸਲੇ ਬਾਰੇ ਵੀ ਅਫਗਤ ਕਰਵਾਇਆ ਗਿਆ ਇਸ ਮੌਕੇ 'ਤੇ ਸਾਡੇ ਜ਼ਿਲ੍ਹਾ ਸੰਬਾਧਤਾ ਅਚਿੰਦ ਦੁਬੇਉਂ ਦੇ ਕਨੇ ਗੱਲ ਕਰਦੇ ਹੋਏ ਉਦਮਪੁਰ ਚ ਫੁੱਲਾਂ ਦੀ ਕਾਸ਼ਤ ਸਰਬੰਧੀ ਵਿਭਾਗ ਦੇ ਏ ਐਫ ਓ ਅਰਜੁਨ ਸਿੰਘ ਪਰਿਹਾਰੋਂ ਰਾਂਖਿਆ आज डिपार्टमेंट ऑफ फ्लोरिकल्चर की तरफ से एक दिवसीय एक इवेंट करवाया गया है फोरिकल्चर डिपार्टमेंट जिस में जिसमें सारे डिपार्टमेंट जितने भी एग्रीकल्चर अलाइड सेक्टर के हैं हार्टिकल्चर के हैं एग्रीकल्चर से आए हैं या बाकी जो अलाइड डिपार्टमेंट है शीप हस्बेंड्री या एनिमल हस्बेंड्री है तो ये जितने भी फार्मर है उधमपुर डिस्ट्रिक्ट को इनको अलग अलग डिपार्टमेंट्स की जो भी एग्रीकल्चर अलाइड सेक्टर की है उसके बारे में जानकारी दी जा रही है ਸੂਚਨਾ ਸਰਬੰਦੀ ਮੈਕਮੇ ਦੇ ਨਿਰਦੇਸ਼ਕ ਮਿੰਗਾ ਸ਼ੇਰਪਾ ਹੋਰ ਐ ਅੱਜ ਮੈਕਮੇ ਦੇ ਮੁਲਾਜ਼ਮ ਗਗਨ ਸਿੰਘ ਜੰਬਾਲੋ ਰੰਗੀ ਸਨਮਾਨਿਤ ਕੀਤਾ ਗਗਨ ਸਿੰਘ ਜੰਬਾਲੋ ਰਹਿ ਚੰਡੀਗੜ੍ਹ ਚ ਹੋਈ ਦੀ ਕਾਟਮੀ ਰਾਸ਼ਟਰੀ ਰੂਲਰ ਸਕੈਟਿੰਗ ਚੈਂਪੀਅਨਸ਼ਿਪ ਚ ਸੋਨਿਹ ਦਾਤਗਮਾ ਜਿੱਤਿਆ ਹੈ ਮਿੰਗਾ ਸ਼ੇਰਪਾ ਹੋਰ ਐ ਗਗਨ ਉੰਦੀ ਤੇ ਉੰਦੀ ਟੀਮ ਦੀ ਜਿੱਤਗੀ ਅਸਾਧਾਰਨ ਕਰਾਰ ਦਿੱਤਾ ਤੇ ਲਗਾਤਾਰ ਪੰਜਵੀਂ ਬਾਰੀ ਸੋਨਿਹ ਦਾਤਗਮਾ ਜਿੱਤਣ ਲਈ ਉੰਦੀ ਸਰਾਹਣਾ ਕੀਤੀ ਉਨਾ ਗਗਨ ਉੰਦੀ ਆਣਿਆਲੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਕਾਮਯਾਬੀ ਦੀ ਕਾਮਨਾ ਕਰਦੀ ਹੋਈ ਉੰਦੀ ਟਿਕੋਦੀ ਪ੍ਰਤਿਬਾ ਦੀ ਪ੍ਰਸ਼ੰਸਾ ਕੀਤੀ ਇਹ ਖਬਰਾਂ ਉਸ ਆਕਾਸ਼ਵਾਣੀ ਜੰਮੂ ਪਰਾ ਸੁਣਾ ਕਰ ਦਿਓ ਬਾਕੀ ਦੀ ਖਬਰਾਂ ਕਰਨੇ ਸ਼ਰੂਤੀ ਖਜੂਰੀਆ ਕੇਂਦਰ ਰਾਜ ਦੇ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਆਖਿਆ ਜੇ ਆਲ ਦੇ ਸਮੇਂ ਚੰ드ਰਯਾਨ ਤੇ ਸਾਇੰਸ ਸਬੰਧਕ ਇਸ ਚਾਲੀ ਦੀ ਕਾਮਯਾਬੀ ਲਈ ਕਾਨੀਏ ਕਰਨੇ ਬੱਚੇ ਦੀ ਕਲਪਨਾ ਤੇ ਰੁਝਾਨ ਚ ਸਰਗਰਮੀ ਆਈ ਹੈ। ਉਹਨੇ ਆਖਿਆ ਜੇ ਨੌਜਵਾਨੀ ਚ ਜਿਗਿਆਸਾ ਪੈਦਾ ਕਰਨੇ ਤੇ ਸਾਇੰਸ ਤੇ ਟੈਕਨੋਲੋਜੀ ਰਾਹੀਂ ਤੇ ਨਮੀਆਂ ਕਾਢਣੇ ਭਵਿਕ ਜੋ ਰਾਸ਼ਟਰ ਦੀ ਔਰ ਪ੍ਰਗਤੀਯੋਗ ਜੇ ਦੇ ਕੰਨੇ ਵਿਕਸਿਤ ਭਾਰਤ 2047 ਤੇ ਆਤਮ ਨਿਰਭਰ ਬਣਨ ਦਾ લક્ષਾਸੇ ਲੋਕ। ਉਹਨੇ ਆਖਿਆ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਵਿਗਿਆਨਿਕ ਸੋਚ ਕੀ ਬढ़ावा ਦਿੰਦਨ ਤੇ ਉਹ ਫੈਲ ਕਦਮੀਏ ਤੇ ਪ੍ਰਯੋਜਨਾ ਦੇ ਆਧਾਰ ਪਰ ਸਾਇੰਸ ਤੇ ਟੈਕਨੋਲੋਜੀ ਕੀ ਦਰਚਸਪੀ ਕਰਨੇ ਅੱਗੇ ਪਤੰ ਦੇਨਾ। ਕੇਂਦਰੀ ਮੰਤਰੀ ਡਾਕਟਰ ਚਿਤੰਦਰ ਸਿੰਘ ਔਰ 222 ਬਰੇ ਲਈ CSIR ਨੌਜਵਾਨ ਸੰਸਥਾਨ ਪੁਰਸਕਾਰ ਤੇ GN ਰਾਮਚੰਦਰ ਮੈਡਲ ਪ੍ਰਦਾਨ ਕਰਨੇ ਮਗਰਾ ਬੋਲਾ ਕਰਦੇ ਹੈ विकसित भारत संकल्प यात्रा तहत उधमपुर जिले की पंचायत के सरकारी मडल स्कूल कार्यक्रम का किया गया इस मौके खरी माती गिनरी चुनाव किठे हो रे लोगों की बख बख सरकारी स्कमें जानकारी दी गई इस मौके पर की प्रधानमंत्री नरेंद्र मोदी स्नेह की भी सुनाया गया ज प्रधानमंत्री और लोगों की मुल्क की खुशहाली प्रगति लाई किलिए जतन करने का आह्वान करा करते हे इस मौके पर कई सारे लाभार्थी जिला संवाददाता अचिन दुबे मेरी कहानी मेरी जुबानी श्रृंखला तहत अपने अनुभव सी ਮੇਰਾ ਨਾਮ ਸ਼ੋਕ ਮਾਰਾ ਬਾਰ ਨੰਬਰ 1 ਦਾ ਰਹਿਣ ਵਾਲਾ ਮੈਂ ਕਰੋਨਾ ਦੌਰਾਨ ਦਾ ਮੈਂ ਕੀ ਫ੍ਰੀ ਰਾਸ਼ਨ ਥੋਆ ਦਾ ਆਸ਼ਮਾਨ ਕਾਰਡ ਬਣਿਆ ਹਸਪੀਟਲ ਦਾ ਮਕਾਨ ਦੇ ਪੈਸੇ ਆਈ ਦੇ ਮਕਾਨ ਬਣਾਈ ਲਿਆ ਪੱਕਾ ਉਜਾਲਾ ਗੈਸ ਯੋਜਨਾ ਮੈਂ ਸਾਰੇ ਬੈਨੀਫਿਟ ਬੱਲੇ ਬੱਲੇ ਥੋਆ ਦੇ ਮੈਂ ਬੜਾ ਬੜਾ ਧੰਨਵਾਦ ਕਰਨਾ ਮੋਦੀ ਸਾਹਿਬ ਦਾ ਮੇਰਾ ਨਾਮ ਕੋਸ਼ਲ ਕੁਮਾਰ ਸ਼ਰਮਾ ਮੈਂ ਪੰਚਾਇਤ ਬਰੇੜੀਆਂ ਸੇ ਰਹਿਣ ਵਾਲਾ ਹਾਂ ਮੋਦੀ ਸਰਕਾਰ ਕੇ ਲਈ ਮੈਂ ਇਹ ਕਹਿਣਾ ਚਾਹਤਾ ਹਾਂ ਕਿ ਜੋ ਹਮ ਲੋਕਾਂ ਕੋ ਸਭੀ ਕਿਸਾਨ ਭਾਈਓ ਕੋ ਸਾਲ ਮੈਂ 6000 ਕਿਸ਼ਤੇ ਜੋ ਮਿਲ ਰਹੀ ਹੈ ਇਸੇ ਜ਼ਮੀਨ ਮੈਂ ਫਸਲ ਲਗਾਣੇ ਕੇ ਲਈ ਖਾਦ ਖਰੀਦਨੇ ਕੇ ਲਈ ਹਮਾਰੇ ਗਰੀਬ ਕਿਸਾਨੋ ਕੋ ਕਾਫੀ ਮਦਦਗਾਰ ਸਾਬਿਤ ਹੋਤਾ ਹੈ ਤੋ ਮੈਂ ਮੋਦੀ ਸਰਕਾਰ ਕਾ ਸ਼ੁਕਰੀਆ ਅਦਾ ਕਰਨਾ मेरा ना शाम कचान विकसित भारत संकल्प यात्रा जमू के कोमनासा थर भी पुजी इस मौके पर खरी मा गिन लोग उतर मौजूद हैं लोगों की मौके पर बख बक, बक सकारी स्कीमें जिंद सम कल्याण सेहत संबंधी देखभाल आधार कार्ड अपनी जानकारी ताज़ारीन करने बारे ਅਭਗਤ ਕਰਵਾਇਆ ਗਿਆ ਸਾਡੇ ਜ਼ਿਲ੍ਹਾ ਸੰਬਾਧਤਾ ਅੰਕੁਸ਼ ਸ਼ਰਮਾ ਕੰਨੇ ਲਾਭਾਰਤੀ ਜੀ ਨੇ ਮੇਰੀ ਕਹਾਣੀ ਮੇਰੀ ਜ਼ੁਬਾਨੀ ਤਹਿਤ ਆਪਣੇ ਅਨੁਭਵ ਸਾਂਝੇ ਕੀਤੇ ਮੇਰਾ ਨਾਮ ਰਿੰਕੀ ਹੈ ਵਾਰਡ ਨੰਬਰ 34 ਚਰੋਨੀ ਸਾਡੇ ਇਥੇ ਅੱਜ ਕੈਂਪ ਲੱਗੇ ਦਾ ਸਾਡਾ ਮੈਡੀਕਲ ਚੈੱਕਅਪ ਹੋਇਆ ਯਾਰ ਬੜੀ ਮੱਲ ਸੁਵਿਧਾਏ ਹੋਈ ਇਥੇ ਸਾਡੇ ਪਲੇ ਸਾਡੇ ਕੱਚੇ ਮਕਾਨ ਹੈ ਉਨ ਪੱਕੇ ਮਕਾਨ ਬਣਾਉੜੇ ਗਵਰਨਮੈਂਟ ਨੇ ਮੈਂ ਬੜਾ ਬੜਾ ਸ਼ੁਕਮਨਾਾਰ ਕੰਨੀ ਮੋਦੀ ਜੀ ਦਾ सांबा जिले दा, के रामगढ़ ब्लॉक री थर विकसित भारत संकल्प यात्रा का शानदार स्वागत किया गया इस मौके पर मुकामी लोगों पंचायती राज इदार के भी उत मौजूद रहे। विकसित भारत संकल्प यात्रा मुल्क भर चलाई जा कर दी है इसका मकसद आम की सरकार से चलाई जा भलाई बेहतरी आकमें प्रोग्रामों बारे जानकारी बनाना है इस यात्रा का मकसद बाक बाक बलाई बेहतरी स्कीमें जिया आयुष्मान भारत उज्जवला योजना जनधन योजना ते और ने दुई स्कीमें दे 100% लाह योग्य लाभार्थियों तक पहुंचाना यकीनी करना है इस मौके ए सी डी साम्बा पीडीओ रामगढ़ हुद्ध अलावा सरपंच निर्मला देवी भी उ मौजूद हिया मीन कहानी मेरी जुबानी तहत कई सारे लाभार्थी अपने अनुभव जिला संवाददाता सतपाल शर्मा स ਰਾੜੀਆਂ ਗਰਾں ਦਾ ਸਤਪਾਲ ਜਦੋਂ ਵੀ ਇਹ ਯੋਜਨਾ ਚੱਲੀ ਦੀ ਹੈ ਜਿਹੜੀ 6000 ਰੁਪਏ ਦਿੰਦੇ ਨੇ ਸਾਲਾ ਉਹਦਾ ਕੰਨੇ ਸਾਨੂੰ ਬੜੀ ਮਦਦ ਹੈ ਪਈ ਅਸੀਂ ਬੀ ਲੈ ਸਕਨੇ ਆ ਖਾਦ ਲੈ ਸਕਨੇ ਆ ਰੋਾਈ ਵੀ ਸਕਨੇ ਆ ਉਹਦਾ ਕੰਨੇ ਸਾਲਾ ਕੰਮ ਹੈ ਜਿਹੜਾ ਬੜਾ ਸ਼ਾਲ ਚਲਾਵਾ ਮੇਰਾ ਨਾਮ ਸ਼੍ਰੀਸ਼ ਕੁਮਾਰ ਸ਼ਰਮਾ ਮੈਂ گاਉ ਰਾੜੀਆਂ ਘਰੋਂ ਨੇ ਵਾਲਾ ਹਾਂ ਕਿਸਾਨ ਕੋ ਟਾਈਮ ਟੂ ਟਾਈਮ ਪੈਸੇ ਦੀ ਜ਼ਰੂਰਤ ਹੁੰਦੀ ਹੈ ਤੋਂ ਇਸ ਲਈ ਇਹ ਗਵਰਨਮੈਂਟ ਨੇ ਜੋ ਸਕੀਮ ਚਲਾਈ ਹੈ ਕੇ ਸੀ ਸੀ ਮੈਂ ਉਸ ਦਾ ਫਾਇਦਾ ਲੈ ਰਹਾ ਹਾਂ ਇਸ ਦਾ ਜੋ ਵਿਆਜ ਹੈ ਉਹ ਨਾ ਮਾਤਰ ਹੈ ਮੈਂ ਸ਼ਿਵਾਨੀ ਭਗਤ ਵਿਲੇਜ ਰਾੜੀਆਂ ਸੇ ਰਹਿਣ ਵਾਲੀ ਹਾਂ ਜਦ ਮੈਂ ਫਸਟ ਟਾਈਮ ਪ੍ਰੈਗਨੈਂਟ ਥੀ योजना का लाभ हुआ तो मैं प्रधानमंत्री जी की बहुत शुक्र गुजार हूँ मुझे हुआ है। मैं चाहती हूं कि भागी बहनों को भी इसका ज्यादा भारत संकल्प यात्रा तहत आई वैट्स पुछ के पास अड्डे आरोप भी पुचिया सी बी सी ने म्यूनसिपल काउंसिल पुंछ के सहयोग कार्यक्रम का सरस्ता जो खरी मत गिनतरी लिया इस मौके पर कई सारे लाभार्थी मेरी कहानी मेरी जुबानी श्रृंखला तहत बख बक स्कीमें तहत हासिल लाभ बारे अपने अनुभव साझा स में का ये हम इस साल से ज्यादा जो का का है आज मार्केट में सरकार की तरफ से ये कोरोना में जो है दस हजार की हमारी मदद मिले हम सरकार का शुक्रिया मेरा नाम मंजूर अहमद है मैं वार्ड नंबर दो कामसर पुण का रहने वाला ये जेडी सकीम ई एम ए वाई आ रही थी इन्हना तहत तो मैनो मकान जरा गया मेरा मकान कच्चा था मैं अपना मकान पक्के दो कमरे एक रसोई बनाई है आईटी से सूचना संबंधी महकमे के आयुक्त सचिव प्रेरणा पुरी और कठुआ ब्लॉक की सार आयोजित विकसित भारत संकल्प यात्रा हिस्सा लिया या दौरान कई सारी लाभार्थी सरकार ऐसे चलाई जा करती बख बख स्कमें कार्यक्रम थम ठोए गए ला राय रंजी जिंदगी आए बदलाव बारे अपने विचार मेरी कहानी मेरी जुबानी तहत साझा इस स्रम जिले के अधिकारी भी मौजूद रे इस मौके आयुक्त सचिव और बख बक महकमें आस लाए ग सटालों का जायजा लिया विकसित भारत संकल्प यात्रा दौरान लोगों की संकल्प सगंध भी चुकाई गई इस मौके पर बोलते हुए आयुक्त सचिव हो कठुआ दो सौ पंचायतें च विकसित भारत संकल्प यात्रा सफलतापूर्वक आयोजित की गई सबने लाभार्थियों की आयुक्त सचिव ने ओ और की भी प्रेरित की एक विकसित राष्ट्र बनाने वाले प्रधानमंत्री हुद्दे नजरिए की पूरा करने च अपना सहयोग देन मगरा डीसी दफ्तर ते कॉन्फ्रेंस हॉल एक लोक दरबार भी लाया गया जिथे लोग दिय समस्याएं ते मंगे भी गया आखिर जो खास खास खबर एक है ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਕੱਲ ਅਯੁੱਧਿਆ ਚ 15000 ਕਰੋੜ ਰੁਪਏ ਦੇ ਥਮ ਬੱਧ ਦੀ ਕਈ ਸਾਰੀ ਵਿਕਾਸ ਪਰਿਯੋਜਨਾ ਦਾ ਉਦਘਾਟਨ ਕਰਨ ਅਤੇ ਕਈਆਂ ਦਾ ਨੀਂਹ ਪੱਥਰ ਰੱਖਣ ਗਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਨੇ ਨਵੀਂ ਦਿੱਲੀ ਚ ਮੁੱਖ ਸਚਿਵ ਦੇ ਰਾਸ਼ਟਰੀ ਸੰਮੇਲਨ ਦੀ ਅਧਿਖਸ਼ਤਾ ਕੀਤੀ ਅੱਜ ਇਸ ਸੰਮੇਲਨ ਦਾ ਤ੍ਰਿਆ ਤਹਿਰੀ ਦਿਨ ਹੈ ਕੇਂਦਰ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਹੋ ਨੇ ਆਖਿਆ ਜੇ ਹਾਲ ਦੇ ਸਮੇਂ ਚ ਚੰ드ਰੀਆਂ ਤੇ ਸਾਇੰਸ ਬਦਲਣਾ ਕਾਮਯਾਬੀ ਵਾਲੀ ਕਹਾਣੀ ਹੈ ਕੰਨੇ ਬੱਚੇ ਦੀ ਕਲਪਨਾ ਤੇ ਸੋਚਣੇ ਸਮਝਣੇ ਦੇ ਨਜ਼ਰੀਏ ਕੀ ਪੜਾਵਾਤ ਹੋਇਆ तो लोगों तगर पुज बनाने आली विकसित भारत संकल्प यात्रा की जमू खिते लगातार खरी मती प्रतिक्रिया हासिल हो खत्े के स जिले हरेक थर एच लोग खरी मती शमूलियत दब्